27 फरवरी नूं पंजाबी यूनिवर्सिटी पटियाला च कंप्यूटर साइंस ब्लॉक के बाहर स्टूडेंट्स के दो ग्रुप्स की ममूली गल ते तकरारबाजी हुंदी है। ये हुरामुकी घसुन मारदे आ एक दूजे नूं। उहदे दरमियान ही एक मुंडा जिहड़ा आ उह नवजोत सिंह नाम दे जिहड़ा डिसीज दा नवजोत सिंह उहदे उपर क्रिच छोटे चाकू नाल क्रिच नाल छोटी क्रिच नाल तीन वार करदा है। दो दी थाइस च एक उहदे लोअर स्टमक च। लोअर स्पोस तों बाद इह उत्थों तितर बितर हो जांदे आ। लोअर स्टमक वाली जिहड़ी इंजरी सी ਉਹ ਸੀਰੀਅਸ ਇੰਜਰੀ ਸੀਗੀ। ਉਹਨੂੰ ਇਮੀਡੀਏਟਲੀ ਰਸ਼ਨ ਕੀਤਾ ਜਾਂਦਾ ਆ ਯੂਨੀਵਰਸਿਟੀ ਦੇ ਹੋਸਪਿਟਲ 'ਚ ਅਤੇ ਉੱਥੋਂ ਰਜਿੰਦਰਾ ਹੋਸਪਿਟਲ ਪਹੁੰਚ ਕੇ ਲੋਸ ਆਫ ਬਲੱਡ ਦੇ ਕਰਕੇ ਉਹਦੀ ਮੌਤ ਹੋ ਜਾਂਦੀ ਹੈ। ਪਟਿਆਲਾ ਪੁਲਿਸ ਮਾਨਯੋਗ DGP ਪੰਜਾਬ ਦੇ ਦਾਤਾ ਮੁਤਾਬਿਕ ਅਸੀਂ ਹਮੇਸ਼ਾ ਪ੍ਰੋਮਪਟ ਐਂਡ ਸਵਿਫਟ ਐਕਸ਼ਨ 'ਚ ਬਿਲੀਵ ਕਰਦੇ ਹਾਂ ਅਤੇ ਇਮੀਡੀਏਟਲੀ SPD SP ਸਿਟੀ DSP ਸਿਟੀ 2 SHO ਅਰਬਨ ਸਟੇਟ SHO ਸਦਰ ਪਟਿਆਲਾ ਇੰਚਾਰਜ CIA ਸਮਾਣਾ ਅਤੇ ਇੰਚਾਰਜ ਐਂਟੀ ਨਾਰਕੋਟਿਕਸ ਵਗੈਰਾ ਦੀ ਅਸੀਂ ਉੱਥੇ ਮੌਕੇ 'ਤੇ ਅਸੀਂ ਸਾਰੇ ਪਹੁੰਚਦੇ ਹਾਂ। ਮੈਂ ਆਪ ਉੱਥੇ ਮੌਕੇ 'ਤੇ ਜਾਂਦਾ ਹਾਂ ਅਤੇ ਇਮੀਡੀਏਟਲੀ ਅਸੀਂ ਟੀਮਾਂ ਬਣਾ ਕੇ ਅਤੇ CCTV ਫੁਟੇਜ ਇਮੀਡੀਏਟਲੀ ਪ੍ਰਜ਼ਰਵ ਕਰਾ ਕੇ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੇ ਮਗਰ ਪੈ ਜਾਂਦੇ ਹਾਂ। ਸਾਡਾ ਕੰਮ ਹੈਗਾ ਡਿਟੈਕਸ਼ਨ ਐਂਡ ਅਰੈਸਟ ਆਫ ਐਕਿਊਜ਼ਡ, ਉਹ ਅਸੀਂ ਪੂਰਾ ਕਰ ਲੈਂਦੇ ਹਾਂ। ਪਰ ਮੈਨੂੰ ਬੜਾ ਮਤਲਬ ਸ਼ੋਕ ਮਹਿਸੂਸ ਹੁੰਦਾ ਇਹ ਗੱਲ ਆਖਦੇ ਕਿ ਮਾਮੂਲੀ ਜਿਹੀ ਗੱਲ 'ਤੇ ਦੇਖੋ ਇੱਕ ਜਿਹੜਾ ਨੌਜਵਾਨ ਸੀਗਾ ਉਹ ਮਰਿਆ ਅਤੇ ਚਾਰ ਜਿਹੜੇ ਨੌਜਵਾਨ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਅਸੀਂ ਅਰੈਸਟ ਕੀਤੇ ਅਤੇ 5 ਫੈਮਲੀਜ਼ ਜਿਹੜੀਆਂ ਨੇ ਇੱਕ ਹੀਟ ਆਫ ਦਾ ਮੂਮੈਂਟ ਵਾਲੇ ਮਾਮੂਲੀ ਕ੍ਰਾਈਮ ਦੇ ਮੁਤਲਕ ਇਹ ਜਿਹੜੀਆਂ ਨੇ ਬਰਬਾਦ ਹੋ ਗਈਆਂ। ਅਤੇ ਅਸੀਂ ਇਹਨਾਂ ਤੋਂ ਹੋਰ ਵੀ ਅੱਗੇ ਇੰਟਰੋਗੇਸ਼ਨ ਕਰਾਂਗੇ ਕਿ ਵੀ ਕਿਉਂ ਇਹਨਾਂ ਨੇ ਇਹਨਾਂ ਜਿਹੜਾ ਸੀਰੀਅਸ ਕ੍ਰਾਈਮ ਕਤਲ ਨੂੰ ਅੰਜਾਮ ਦਿੱਤਾ। ਅਤੇ 24 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਚਾਰੇ ਐਕਿਊਜ਼ ਜਿਹੜੇ ਸੈਂਸੇਸ਼ਨਲ ਮਰਡਰ ਕੇਸ ਬਰੋਡ ਡੇਲਾਈਟ 'ਚ ਹੋਇਆ ਸੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੋਇਆ ਸੀ ਉਹਨੂੰ ਅਸੀਂ ਟਰੇਸ ਕਰਕੇ ਉਹਨੂੰ ਅਸੀਂ ਕੰਪਲੀਟਲੀ ਚਾਰੇ ਐਕਿਊਜ਼ ਅਰੈਸਟ। ਦੇਖੋ ਐਜ ਆਫ ਨਾਓ ਹੁਣ ਤੱਕ ਦੀ ਮੁੱਢਲੀ ਤਫਤੀਸ਼ 'ਚ ਤਾਂ ਇਹੀ ਚਾਰ ਦੋਸ਼ੀ ਸੀਗੇ ਜੀ। ਹੋਰ ਉੱਥੇ ਲੜਨ ਵਾਲੇ ਬਹੁਤ ਲੋਕ ਸੀਗੇ, 8-10 ਜਾਣੇ ਦੋਨੇ ਸਾਈਡਾਂ ਤੋਂ ਸੀਗੇ, ਪਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੇਸਿਕਲੀ ਇਹ ਚਾਰ ਲੋਕ ਹੀ ਸੀਗੇ। ਐਂਡ ਮੈਂ ਬਿਲਕੁਲ ਇਹ ਇਨਸ਼ੋਰ ਕਰਦਾ ਹਾਂ ਕਿ ਜਿਹੜਾ ਕੋਈ ਮੁੰਡਾ ਉੱਥੋਂ ਨੋਰਮਲ ਰੂਟੀਨ 'ਚ ਲੰਘ ਰਿਹਾ ਸੀ, ਅਸੀਂ ਬਿਲਕੁਲ ਇਸ ਚੀਜ਼ 'ਚ ਨਹੀਂ ਪੈਣਾ ਕਿ ਇਹਦਾ ਵੀ ਨਾਂ ਪਾਓ ਜੀ। ਜਿਹੜੇ ਐਕਚੁਅਲੀ ਉਸ ਮੌਕੇ ਤੇ ਉਸ ਵਾਰਦਾਤ 'ਚ ਇਨਵੋਲਵ ਸੀਗੇ, ਸਿਰਫ ਉਹਨਾਂ ਬੰਦਿਆਂ ਦਾ ਹੀ ਅਸੀਂ ਇਹਦੇ 'ਚ ਇਨਵੈਸਟੀਗੇਸ਼ਨ ਕਰਦੇ ਹੁੰਦਾ। ਇਹਦੇ 'ਚ ਇਹ ਵੀ ਚਰਚਾ ਆ ਰਹੀ ਸੀ ਕਿ ਪਿੱਛੇ ਬੀਸੀ ਸਾਹਿਬ ਦਾ ਹੱਥ ਹੈ, ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਇਹੋ ਜੀ ਮੇਰੇ ਧਿਆਨ 'ਚ ਕੋਈ ਚਰਚਾ ਨਹੀਂ ਆਈ, ਨਾ ਮੈਂ ਕਿਸੇ ਦਾ ਇਹ ਕਹਿਣਾ ਕਿਹਦਾ ਹੱਥ ਆ। ਜਿਹੜੀ ਅਸਲ ਫੈਕਚੁਅਲ ਗੱਲ ਸੀ ਉਹ ਮੈਂ ਦੱਸਤੀ ਆ। ਯੂਨੀਵਰਸਿਟੀ 'ਚ ਜਿਹੜੀ ਇਹਨਾਂ ਦੀ ਯੂਨੀਵਰਸਿਟੀ ਦੇ ਅੰਦਰ ਵੀ ਇੱਕ ਸਿਕਿਉਰਿਟੀ ਕੰਪੋਨੈਂਟ ਹੈਗਾ, 50-60 ਜਾਣੇ ਜਿਹੜੇ ਯੂਨੀਵਰਸਿਟੀ ਦੇ ਸਿਕਿਉਰਿਟੀ ਮੁਲਾਜ਼ਮ ਹੈਗੇ ਆ, ਨੋਨ ਪੁਲਿਸ ਜਿਹੜੇ ਆ, ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਵਾਵਾਂਗੇ, ਉਹਨਾਂ ਨੂੰ ਵੀ ਅਸੀਂ ਸੈਂਸਿਟਾਈਜ਼ ਕਰਾਂਗੇ ਤਾਂ ਕਿ ਯੂਨੀਵਰਸਿਟੀ। ਦੇਖੋ ਮੈਂ ਆਪ ਮੌਕੇ 'ਤੇ ਜਾ ਕੇ ਆਇਆ, ਅਸੀਂ ਇਨਸ਼ੋਰ ਕੀਤਾ ਕਿ ਯੂਨੀਵਰਸਿਟੀ 'ਚ ਅਤੇ ਰਜਿੰਦਰਾ ਹੋਸਪਿਟਲ 'ਚ ਕਿਸੇ ਪ੍ਰਕਾਰ ਦਾ ਲੋਅ ਐਂਡ ਆਰਡਰ ਨਾ ਹੋਵੇ ਇਸ ਇੰਸੀਡੈਂਟ ਤੋਂ ਬਾਅਦ। ਹਾਂਜੀ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਅਸੀਂ ਬਾਹਰ ਟੀਮਾਂ ਭੇਜੀਆਂ ਸੀ, ਇਹ ਮੈਂ ਹੁਣ ਤੁਹਾਨੂੰ ਦੱਸ ਰਿਹਾ।